ਸਾਤਰੀਆ ਕੱਲ ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਜੱਜ ਸਿੰਘ ਚਾਹਲ 11 ਜੂਨ ਵਾਲੇ ਦਿਨ ਮਾਨ ਸਰਕਾਰ ਦੇ ਵੱਲੋਂ ਪੈਟਰੋਲ ਅਤੇ ਡੀਜ਼ਲ 1 ਰੁਪਿਆ ਮਹਿੰਗਾ ਕਰ ਦਿੱਤਾ ਗਿਆ ਸੀ ਪੰਜਾਬ ਦਾ ਵੈਟ ਪੈਟਰੋਲ ਅਤੇ ਡੀਜ਼ਲ ਤੇ ਵਧਾ ਦਿੱਤਾ ਗਿਆ ਸੀ ਇਹ ਕਹਿ ਕੇ ਕਿ ਅਸੀਂ ਪੰਜਾਬ ਦੀ ਸਰਕਾਰ ਵੀ ਚਲਾਉਣੀ ਹੈ ਸਾਡੇ ਕੋਲ ਪੈਸੇ ਨਹੀਂ ਹਨ ਅਸੀਂ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਦੇਣੀਆਂ ਨੇ ਇਸੇ ਕਰਕੇ ਪੈਟਰੋਲ ਅਤੇ ਡੀਜ਼ਲ ਸਾਡੀ ਸਰਕਾਰ ਦੇ ਵੱਲੋਂ ਮਹਿੰਗਾ ਕੀਤਾ ਗਿਆ ਹੈ ਅਤੇ ਉਸ ਤੋਂ ਅਗਲੇ ਹੀ ਦਿਨ ਭਾਵ 12 ਜੂਨ ਨੂੰ ਦੇਸ਼ ਦੀਆਂ ਅਖਬਾਰਾਂ ਦੇ ਵਿੱਚ ਦੋ ਫਰੰਟ ਪੇਜ ਇਸ਼ਤਿਹਾਰ ਮਸ਼ਹੂਰੀਆਂ ਮਾਨ ਸਰਕਾਰ ਦੇ ਵੱਲੋਂ ਦੇ ਦਿੱਤੇ ਗਆਂ ਕਈਆਂ ਜਿਨ੍ਹਾਂ ਦੇ ਵਿੱਚ ਆਪਣੀ ਪਿੱਠ ਥਾਪਣ ਦਾ ਕੰਮ ਮਾਨ ਸਰਕਾਰ ਦੇ ਵੱਲੋਂ ਕੀਤਾ ਗਿਆ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਅਖਬਾਰਾਂ ਪਾਵੇਂ ਉਹ ਪੰਜਾਬੀ ਹੋਣ ਹਿੰਦੀ ਹੋਣ ਅੰਗਰੇਜ਼ੀ ਹੋਣ ਜਾਂ ਫਿਰ ਕਿਸੇ ਹੋਰ ਭਾਸ਼ਾ ਦੇ ਵਿੱਚ ਹੋਣ ਸਾਰੀਆਂ ਅਖਬਾਰਾਂ ਦੇ ਵਿੱਚ ਇੱਕ ਫਰੰਟ ਪੇਜ ਆ ਅਤੇ ਉਸ ਤੋਂ ਅਗਲਾ ਪੇਜ ਮਾਨ ਸਰਕਾਰ ਦੇ ਵੱਲੋਂ ਖਰੀਦਿਆ ਗਿਆ ਅਤੇ ਆਪਣੀਆਂ ਤਰੀਫਾਂ ਇਸ ਮਸ਼ਹੂਰੀ ਦੇ ਵਿੱਚ ਕੀਤੀਆਂ ਗਈਆਂ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠੇ ਕਿ ਇੱਕ ਪਾਸੇ ਤਾਂ ਇਹ ਸਰਕਾਰ ਆਖਦੀ ਹੈ ਕਿ ਲੋਕਾਂ ਤੇ ਟੈਕਸ ਦਾ ਬੋਝ ਪਾਉਣਾ ਹੀ ਪੈਣਾ ਹੈ ਕਿਉਂਕਿ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਦੇਣੀਆਂ ਨੇ ਪੈਸਾ ਹੈ ਨਹੀਂ ਉਧਰ ਦੂਜੇ ਪਾਸੇ ਇਸੇ ਹੀ ਸਰਕਾਰ ਦੇ ਵੱਲੋਂ ਆਪਣੀਆਂ ਤਰੀਫਾਂ ਕਰਨ ਦੇ ਲਈ ਇਸ਼ਤਿਹਾਰਬਾਜ਼ੀ ਤੇ ਕਰੋੜਾਂ ਰੁਪਈਆ ਖਰਚ ਕਿਉਂ ਕੀਤਾ ਜਾ ਰਿਹਾ ਹੈ ਗੱਲ ਜੇਕਰ ਇਸ ਮਸ਼ਹੂਰੀ ਦੀ ਕੀਤੀ ਜਾਵੇ ਤਾਂ ਮਾਨ ਸਰਕਾਰ ਨੇ ਇਸ ਮਸ਼ਹੂਰੀ ਦੇ ਵਿੱਚ ਆਖਿਆ ਹੈ ਕਿ ਪੰਜਾਬ ਦੇ ਨੌਜਵਾਨਾਂ ਦੀ ਤਰੱਕੀ ਹੋਈ ਪੱਕੀ ਇੱਕ ਸਾਲ ਦੇ ਵਿੱਚ ਸਾਡੀ ਸਰਕਾਰ ਦੇ ਵੱਲੋਂ 48 3000 ਕਰੋੜ ਰੁਪਏ ਦਾ ਨਿਵੇਸ਼ ਲਿਆਂਦਾ ਗਿਆ ਹੈ 270000 ਨੌਕਰੀਆਂ ਨਿੱਜੀ ਖੇਤਰ ਦੇ ਵਿੱਚ 29300 ਪੱਕੀਆਂ ਸਰਕਾਰੀ ਨੌਕਰੀਆਂ ਸਾਡੀ ਸਰਕਾਰ ਦੇ ਵੱਲੋਂ ਦਿੱਤੀਆਂ ਗਈਆਂ ਹਨ ਮਾਨ ਸਰਕਾਰ ਨੇ ਆਪਣੀ ਮਸ਼ਹੂਰੀ ਦੇ ਵਿੱਚ ਇਹ ਦਾਵਾ ਕੀਤਾ ਅਗਲੇ ਪੇਜ ਤੇ ਜੇਕਰ ਝਾਤ ਮਾਰੀ ਜਾਵੇ ਤਾਂ ਉਸ ਤੇ ਵੀ ਵੱਡਾ-ਵੱਡਾ ਲਿਖਿਆ ਹੈ ਹੁਣ ਪੰਜਾਬ ਦੇ ਨੌਜਵਾਨਾਂ ਦੀ ਤਰੱਕੀ ਹੋਈ ਇੱਕਦਮ ਪੱਕੀ ਭਾਵ ਮਾਨ ਸਰਕਾਰ ਦੇ ਵਿੱਚ ਹੁਣ ਨੌਜਵਾਨਾਂ ਦੀ ਤਰੱਕੀ ਪੱਕੀ ਹੋ ਚੁੱਕੀ ਹੈ ਇੱਕਦਮ ਪੱਕੀ ਹੋ ਚੁੱਕੀ ਹੈ ਮਾਨ ਸਰਕਾਰ ਨੇ ਮਸ਼ਹੂਰੀ ਦੇ ਵਿੱਚ ਇਹ ਦਾਵਾ ਕੀਤਾ ਹੈ 2,77,000 ਤੋਂ ਦਾ ਪ੍ਰਾਈਵੇਟ ਨੌਕਰੀਆਂ ਦਾ ਬਿਉਰਾ ਇਸ ਮਸ਼ਹੂਰੀ ਦੇ ਵਿੱਚ ਦਿੱਤਾ ਗਿਆ ਹੈ ਕਿ ਕਿੱਥੇ ਕਿੱਥੇ ਇਹ ਮਿਲਣਗੀਆਂ ਅਜੇ ਮਿਲੀਆਂ ਨਹੀਂ ਇਹ ਮਿਲਣਗੀਆਂ ਅਤੇ 29300 ਪੱਕੀਆਂ ਸਰਕਾਰੀ ਨੌਕਰੀਆਂ ਕਿੱਥੇ ਕਿੱਥੇ ਦਿੱਤੀਆਂ ਗਈਆਂ ਨੇ ਸਰਕਾਰ ਦੇ ਵੱਲੋਂ ਉਸ ਦਾ ਵੀ ਪੂਰਾ ਵੇਰਵਾ ਸਰਕਾਰ ਦੇ ਵੱਲੋਂ ਮਸ਼ਹੂਰੀ ਦੇ ਵਿੱਚ ਦਿੱਤਾ ਗਿਆ ਹੈ ਭਗਵੰਤ ਮਾਨ ਦਾ ਬਿਆਨ ਵੀ ਇੱਥੇ ਛਾਪਿਆ ਆਇਆ ਸੀ ਪੰਜਾਬ ਦੇ ਹਰ ਨੌਜਵਾਨ ਨੂੰ ਪੰਜਾਬ ਵਿੱਚ ਹੀ ਨੌਕਰੀ ਦੇਾਂਗੇ ਸਾਡੇ ਪੰਜਾਬ ਦੇ ਨੌਜਵਾਨ ਹੀ ਮਿਲ ਕੇ ਬਣਾਉਣਗੇ ਰੰਗਲਾ ਪੰਜਾਬ ਆਪਣੀਆਂ ਤਰੀਫਾਂ ਇਸ ਮਸ਼ਹੂਰੀ ਦੇ ਵਿੱਚ ਕੀਤੀਆਂ ਗਈਆਂ ਰਜ ਕੇ ਸਰਕਾਰ ਦੇ ਵੱਲੋਂ ਕਿ 48000 ਕਰੋੜ ਦਾ ਨਿਵੇਸ਼ ਇੱਕ ਸਾਲ ਦੇ ਵਿੱਚ ਅਸੀਂ ਲੈ ਦਾ ਪਰ ਜੇਕਰ ਆਰਟੀਆਈ ਦੀ ਗੱਲ ਕਰੀਏ ਤਾਂ ਆਰਟੀਆਈ ਦੇ ਵਿੱਚ ਜਾਣਕਾਰੀ ਸਰਕਾਰ ਦੇ ਵੱਲੋਂ ਹੀ ਇਹ ਦਿੱਤੀ ਗਈ ਸੀ ਕਿ ਸਿਰਫ ਇੱਕ ਹੀ ਐਮਓਯੂ ਕੰਪਨੀ ਦੇ ਨਾਲ ਸਾਈਨ ਕੀਤਾ ਗਿਆ ਹੈ ਹੁਣ ਤੱਕ ਮਾਨ ਸਰਕਾਰ ਦੇ ਵੱਲੋਂ ਸਿਰਫ ਇੱਕ ਹੀ ਕੰਪਨੀ ਦੇ ਨਾਲ ਐਮਓਯੂ ਸਾਈਨ ਕੀਤਾ ਗਿਆ ਹੈ ਅਤੇ ਉਹ ਹੈ ਟਾਟਾ ਸਟੀਲ ਅਤੇ ਉਹ ਸਿਰਫ 2600 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਇਸ ਦਾ ਮਤਲਬ ਇਹ ਹੈ ਕਿ ਮਸ਼ਹੂਰੀ ਦੇ ਵਿੱਚ ਮਾਨ ਸਰਕਾਰ ਕਹਿੰਦੀ ਹੈ ਕਿ 48000 ਕਰੋੜ ਦਾ ਨਿਵੇਸ਼ ਅਸੀਂ ਲਿਆਂਦਾ ਹੈ ਅਤੇ RTI ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਹੀ ਜਾਣਕਾਰੀ ਦਿੱਤੀ ਗਈ ਕਿ ਸਿਰਫ 1 ਕੋ ਐਮਯੂ ਹੋਇਆ ਹੈ Tata Steel ਦੇ ਨਾਲ ਅਤੇ ਉਹ ਹੈ 2600 ਕਰੋੜ ਦਾ ਇਸ ਦਾ ਮਤਲਬ ਇਹ ਹੈ ਕਿ ਅਸਲ ਦੇ ਵਿੱਚ ਲਿਖਤੀ ਤੌਰ ਤੇ 2600 ਕਰੋੜ ਰੁਪਏ ਦਾ ਨਿਵੇਸ਼ ਹੀ ਪੰਜਾਬ ਦੇ ਵਿੱਚ ਆਇਆ ਹੈ ਪਰ ਮਸ਼ਹੂਰੀਆਂ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਇਸ ਨੂੰ 48000 ਕਰੋੜ ਰੁਪਏ ਦਾ ਨਿਵੇਸ਼ ਦੱਸਿਆ ਗਿਆ ਹੈ ਦੋ ਲੱਖ 70000 ਨਿੱਜੀ ਖੇਤਰ ਦੇ ਵਿੱਚ ਨੌਕਰੀਆਂ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਮਸ਼ਹੂਰੀ ਦੇ ਵਿੱਚ ਨਹੀਂ ਦੱਸਿਆ ਗਿਆ ਇਹ ਦਿੱਤੀਆਂ ਗਈਆਂ ਨੇ ਜਾਂ ਫਿਰ ਦਿੱਤੀਆਂ ਜਾਣਗੀਆਂ ਪਰ ਅਸਲੀਅਤ ਇਸ ਦੀ ਇਹ ਹੈ ਕਿ ਮਾਨ ਸਰਕਾਰ ਦਾਵਾ ਕਰਦੀ ਹੈ ਕਿ ਜਿਹੜੀਆਂ ਕੰਪਨੀਆਂ ਪੰਜਾਬ ਦੇ ਵਿੱਚ ਆਉਣਗੀਆਂ ਉਹਨਾਂ ਨੂੰ ਕਰੰਦੇ ਚਾਹੀਦੇ ਹੋਣਗੇ ਉਹਨਾਂ ਨੂੰ ਵਰਕਰ ਚਾਹੀਦੇ ਹੋਣਗੇ ਅਤੇ ਮਾਨ ਸਰਕਾਰ ਨੇ ਹਿਸਾਬ ਲਾਇਆ ਹੈ ਕਿ ਜਿੰਨੀਆਂ ਕੰਪਨੀਆਂ ਆਉਣੀਆਂ ਨੇ ਉਸ ਦੇ ਮੁਤਾਬਕ ਪੌਣੇ 1 3 ਲੱਖ ਦੇ ਕਰੀਬ ਰੋਜ਼ਗਾਰ ਪੰਜਾਬ ਦੇ ਵਿੱਚ ਪੈਦਾ ਹੋਵੇਗਾ ਅਜੇ ਦਿੱਤੀਆਂ ਨਹੀਂ ਗਈਆਂ ਪ੍ਰਸਤਾਵਿਤ ਨੌਕਰੀਆਂ ਹਨ ਭਾਵ ਮਿਲ ਸਕਦੀਆਂ ਨੇ ਨਿੱਜੀ ਖੇਤਰ ਦੇ ਵਿੱਚ 270000 ਦੇ ਕਰੀਬ ਨੌਕਰੀਆਂ ਸਰਕਾਰੀ ਨੌਕਰੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 29300 ਨਿਯੁਕਤੀ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੰਡ ਦਿੱਤੇ ਗਏ ਹਨ ਭਾਵ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਨੇ ਪਰ ਉਹਨਾਂ ਨੂੰ ਲੈ ਕੇ ਵੀ ਵਿਵਾਦ ਹੋ ਜਾਂਦਾ ਹੈ ਕਾਂਗਰਸ ਪਾਰਟੀ ਕਹਿੰਦੀ ਹੈ ਕਿ ਇਹ ਸਾਰੀਆਂ ਉਹ ਨੌਕਰੀਆਂ ਨੇ ਜਿਹੜੀਆਂ ਕਿ ਸਾਡੀ ਸਰਕਾਰ ਦੇ ਵੱਲੋਂ ਸ਼ੁਰੂ ਪ੍ਰਕਿਰਿਆ ਕੀਤੀ ਗਈ ਸੀ ਸਿਰਫ ਭਗਵੰਤ ਮਾਨ ਨੇ ਆਪਣੀਆਂ ਫੋਟੋਆਂ ਵਾਲੇ ਨਿਯੁਕਤੀ ਪੱਤਰ ਹੀ ਉਹਨਾਂ ਲੋਕਾਂ ਨੂੰ ਵੰਡੇ ਨੇ ਉਹ ਪ੍ਰਕਿਰਿਆ ਤਾਂ ਪਹਿਲਾਂ ਹੀ ਚੱਲ ਰਹੀ ਸੀ ਮਾਨ ਸਰਕਾਰ ਨੇ ਇੱਕ ਵੀ ਨੌਕਰੀ ਆਪ ਕੱਢ ਕੇ ਪ੍ਰਕਿਰਿਆ ਇਆ ਪੂਰੀ ਕਰਕੇ ਨਿਯੁਕਤੀ ਪੱਤਰ ਨਹੀਂ ਦਿੱਤੇ ਨਿਯੁਕਤੀ ਪੱਤਰ ਲੈਣ ਵਾਲਿਆਂ ਦੇ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਕਿਰੋ ਕੀਤਾ ਜਾਂਦਾ ਏ ਕਿ ਨਿਯੁਕਤੀ ਪੱਤਰ ਲੈ ਕੇ ਬੈਠੇ ਆ ਸਾਨੂੰ ਕਿਤਨਾ ਕਿਤੇ ਨੌਕਰੀ ਤੇ ਰੱਖੋ ਤਾਂ ਸਹੀ ਕਿਤੇ ਜੋਇਨਿੰਗ ਤਾਂ ਕਰਵਾਓ ਇਸ ਤਰੀਕੇ ਨਾਲ ਮਾਨ ਸਰਕਾਰ ਦੀ ਇਸ ਮਸ਼ਹੂਰੀ ਦੀ ਪੋੜ ਖੁੱਲਦੀ ਦਿਖਾਈ ਦਿੰਦੀ ਹੈ ਹੁਣ ਜੇਕਰ ਅਜੇ ਹੀ ਮਸ਼ਹੂਰੀ ਮਾਨ ਸਰਕਾਰ ਦੇ ਵੱਲੋਂ ਦਿੱਤੀ ਜਾਵੇਗੀ ਉਹ ਵੀ ਉਦੋਂ ਜਦੋਂ ਇੱਕ ਦਿਨ ਪਹਿਲਾਂ ਹੀ ਟੈਕਸ ਵਧਾਇਆ ਗਿਆ ਹੋਵੇ ਕਿ ਪੈਸੇ ਨਹੀਂ ਹਨ ਤਾਂ ਵਿਰੋਧੀ ਪਾਰਟੀਆਂ ਤਾਂ ਬੋਲਣ ਗਿਆ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਮੈਨੂੰ ਦੁੱਖ ਲੱਗਦਾ ਏ ਜਦੋਂ ਇਹ ਸਰਕਾਰ ਝੂਠੀ ਮਸ਼ਹੂਰੀ ਕਰਦੀ ਹੈ ਮੈਨੂੰ ਬੜਾ ਦੁੱਖ ਲੱਗਦਾ ਏ ਜਦੋਂ ਰੋਜ਼ ਅਖਬਾਰਾਂ 'ਚ ਝੂਠੇ ਇਸ਼ਤਿਹਾਰ ਦਿੱਤੇ ਜਾਂਦੇ ਆ ਕਿਤੇ ਕਹਿੰਦੇ ਕਰਪਸ਼ਨ ਖਤਮ ਕਰਦੀ ਕਿਤੇ ਕਹਿੰਦੇ ਲਾਅਨ ਆਰਡਰ ਠੀਕ ਕਰਤਾ ਹਰ ਰੋਜ਼ ਬੈਂਕ ਲੁੱਟੇ ਜਾਂਦੇ ਐ ਫੈਕਟਰੀਆਂ ਲੁੱਟੀਆਂ ਜਾਂਦੀਆਂ ਅੱਜ ਵੀ ਪਤਾ ਲੱਗਿਆ ਅੰਮ੍ਰਿਤਸਰ ਲੁੱਟੇ ਗਏ ਕਿਤੇ 10 ਕਰੋੜ ਕਿਤੇ 6 ਕਰੋੜ ਕਿਤੇ 5 ਕਰੋੜ ਖੋਹੀ ਰਿਹਾ ਇੱਥੇ ਗੈਂਗਸਟਰ ਰਾਜ ਕਰ ਰਹੇ ਐ ਅੱਬ ਸੇ ਪੁਲਿਸ ਦਿਖਾਈ ਨਹੀਂ ਦੇ ਰਹੀ ਮੁੱਖ ਮੰਤਰੀ ਵੀ ਦਿਖਾਈ ਦੇ ਰਿਹਾ ਇੱਕ ਦਿਨ ਇੱਥੇ ਐ ਦੂਜੇ ਦਿਨ ਕਿਤੇ ਦਿੱਲੀ ਕਿਤੇ ਹੋਰ ਸੂਬਿਆਂ ਚ ਮੁੱਖ ਮੰਤਰੀ ਬਣਾਇਆ ਗਿਆ ਕਿ ਪੰਜਾਬ ਦੇ ਖਜ਼ਾਨੇ ਤੋਂ ਖਰਚਾ ਕਰਾ ਕੇ ਆਮ ਆਦਮੀ ਪਾਰਟੀ ਨੂੰ ਪੂਰੇ ਦੇਸ਼ ਖੜਾ ਕਰਨਾ ਹੈ ਸਾਰੇ ਜਹਾਜ਼ ਪੰਜਾਬ ਸਰਕਾਰ ਦੇ ਬਾਹਰਲੇ ਸੂਬਿਆਂ ਦੇ ਕੇਜੀਵਨ ਲਿਜਾਉਣ ਵਾਸਤੇ ਤੇ ਜਿਹੜੇ ਅਖਤਿਆਰ ਦੂਜੇ ਸੂਬਿਆਂ 'ਚ ਜਿਹੜੇ ਝੂਠੇ ਤੇ ਬੋਲਦੇ ਆ ਉਹ ਝੂਠ ਉੱਥੇ ਦੱਸਣ ਵਾਸਤੇ ਕੈਂਪੇਨ ਹੈ ਇਲੈਕਸ਼ਨ ਕੈਂਪੇਨ ਆਮ ਆਦੀ ਪਾਰਟੀ ਦੂਜੇ ਸੂਬਿਆਂ 'ਚ ਪੰਜਾਬ ਦੇ ਖਜ਼ਾਨੇ ਤੋਂ ਕਰ ਰਹੀ ਹੈ ਇਹ ਤਾਂ ਵੱਡੀ ਵਾਇਲੇਸ਼ਨ ਕੀ ਹੋ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਗੱਲ ਜੇਕਰ ਕਾਂਗਰਸ ਪਾਰਟੀ ਦੀ ਕੀਤੀ ਜਾਵੇ ਤਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਤਾਂ ਬੀਤੇ ਦਿਨ ਇੱਕ ਮਸ਼ਹੂਰੀ ਮਾਨ ਸਰਕਾਰ ਦੇ ਲਈ ਆਪ ਬਣਾ ਦਿੱਤੀ ਗਈ ਸੀ ਉਹਨਾਂ ਨੇ ਇੱਕ ਫੁੱਲ ਪੇਜ ਇਸ਼ਤਿਹਾਰ ਮਾਨ ਸਰਕਾਰ ਦੇ ਲਈ ਆਪਣੇ ਟਵਿੱਟਰ ਅਕਾਊਂਟ ਤੇ ਟਵੀਟ ਕੀਤਾ ਸੀ ਜਿਸ ਦੇ ਵਿੱਚ ਵੱਡੀ ਸਾਰੀ ਫੋਟੋ ਲਾਈ ਗਈ ਨਵਜੋਤ ਸਿੱਧੂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਲਿਖਿਆ ਗਿਆ ਨਾਮ ਭਗਵੰਤ ਮਾਨ ਅਹੁਦਾ ਸੀਐਮ ਪੰਜਾਬ ਇੱਕ ਸਾਲ ਦਾ ਤਬਾਹ ਕੁੰਨ ਮਾਨ ਸਰਕਾਰ ਦਾ ਵੇਰਵਾ ਅਚੀਵਮੈਂਟਸ ਪ੍ਰਾਪਤੀਆਂ ਕੀ ਨੇ ਮਾਨ ਸਰਕਾਰ ਦੀਆਂ ਜੋ ਪੋਸਟਰ ਨਵਜੋਤ ਸਿੱਧੂ ਨੇ ਬਣਾਇਆ ਹੈ ਨਵਜੋਤ ਸਿੱਧੂ ਦੇ ਮੁਤਾਬਕ ਪ੍ਰਾਪਤੀਆਂ ਇਹ ਨੇ ਕਿ ਪੈਟਰੋਲ ਅਤੇ ਡੀਜ਼ਲ ਦੇ ਰੇਟ ਇੱਕ ਸਾਲ ਦੇ ਵਿੱਚ ਦੋ ਵਾਰ ਵਧਾ ਦਿੱਤੇ ਨੇ ਜਲੰਧਰ ਦੀ ਉਪ ਚੋਣ ਤੋਂ ਬਾਅਦ ਬਿਜਲੀ ਦੇ ਰੇਟ ਵੀ ਵਧਾ ਦਿੱਤੇ ਗਏ ਲਿੱਕਰ ਪ੍ਰਾਈਸ ਪਾਵ ਸ਼ਰਾਬ ਤੇ ਵੀ ਐਕਸਟਰਾ ਸਰਚਾਰਜ ਲਾ ਦਿੱਤਾ ਗਿਆ ਹੈ ਪੰਜਾਬ ਦੇ ਸਰ ਇੱਕ ਸਾਲ ਦੇ ਵਿੱਚ 40000 ਕਰੋੜ ਦਾ ਕਰਜ਼ਾ ਚੜਾ ਦਿੱਤਾ ਗਿਆ ਹੈ ਲੈਂਡ ਰਜਿਸਟ੍ਰੇਸ਼ਨ ਦੇ ਵਿੱਚ ਜੋ ਰਜਿਸਟਰੀਆਂ ਹੁੰਦੀਆਂ ਨੇ ਜ਼ਮੀਨਾਂ ਦੀਆਂ ਉਹਨਾਂ ਦੇ ਵਿੱਚ ਕਰਪਸ਼ਨ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਰੇਤ ਮਾਫੀਆ, ਟ੍ਰਾਂਸਪੋਰਟ ਮਾਫੀਆ ਅਤੇ ਲੈਂਡ ਮਾਫੀਆ ਨੂੰ ਹੋਰ ਵੀ ਫਲਰਿਸ਼ ਕੀਤਾ ਗਿਆ ਇਹ ਭਾਵ ਉਸ ਦੀ ਰਹਿਨਮਾਈ ਕਰ ਰਹੀ ਹੈ ਸਰਕਾਰ ਉਸ ਨੂੰ ਵਧਾ ਫਲਾ ਰਹੀ ਹੈ ਨਵਜੋਤ ਸਿੱਧੂ ਨੇ ਇਹ ਇੱਕ ਪੋਸਟਰ ਤਿਆਰ ਕੀਤਾ ਮਾਣ ਸਰਕਾਰ ਦੇ ਲਈ ਅਤੇ ਮਾਣ ਸਰਕਾਰ ਦੀਆਂ ਇੱਕ ਸਾਲ ਦੀਆਂ ਪ੍ਰਾਪਤੀਆਂ ਤੰਜ਼ਮਈ ਤਰੀਕੇ ਨਾਲ ਵਿਅੰਗਮਈ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਸ ਪੋਸਟਰ ਦੇ ਵਿੱਚ ਦੱਸੀਆਂ ਗਈਆਂ ਹਨ ਇਥੇ ਇੱਕ ਸਵਾਲ ਅਸੀਂ ਤੁਹਾਡੇ ਕੋਲ ਵੀ ਪੁੱਛ ਲੈਣਾ ਚਾਹੁੰਦੇ ਆ ਕਿ ਜੋ ਇਹ ਲਗਾਤਾਰ ਮਸ਼ਹੂਰੀਆਂ ਮਾਨ ਸਰਕਾਰ ਦੇ ਵੱਲੋਂ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਜਦੋਂ ਤੋਂ ਸਰਕਾਰ ਬਣੀ ਹੈ ਮਸ਼ਹੂਰੀਆਂ ਨੂੰ ਲੈ ਕੇ ਇਹ ਸਰਕਾਰ ਫਸ ਜਾਂਦੀ ਹੈ ਇਹਨਾਂ ਮਸ਼ਹੂਰੀਆਂ ਨੂੰ ਲੈ ਕੇ ਤੁਸੀਂ ਮਾਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ ਜੇਕਰ ਇਸੇ ਤਰ੍ਹਾਂ ਹੀ ਹਰ ਖਬਰ ਨੂੰ ਨਿਰਪੱਖਤਾ ਨਾਲ ਵੇਖਦੇ ਰਹਿਣਾ ਚਾਹੁੰਦੇ ਹੋ ਤਾਂ YouTube ਤੇ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰਾ ਚਰੂਵਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ